संबंधक संबंधक दी परिभाषा जेड़े शब्द वाक विच नाम अते पड़नाम शब्दां दी वाक दे दूजे शब्दां नाल जुड़न दा काम करन ओहो संबंधक अखवांदे हन जिवें दा दे दी नू तों कोल दूर नेड़े आदि बच्चियो याद रखो कि कई शब्दां दे पिछेतर संबंधक दा काम करदे हन इन्हां पिछेतरां नू संबंधक सूचक पिछेतर आखदे हन जिवें स्कूलों घरों कालजों मंडियों पिछों आदि जिस नाम जां पड़नाम नाल संबंध जोड़ के वरत्या जांदा है उस नू संबंध मान आखदे हन जिवें रणजीत सिंह दे दरबार विच इस वाक विच रणजीत सिंह संबंधी है ते दरबार संबंध मान है संबंधक दीयां किस्मां संबंधक तीन प्रकार दे हुंदे हन पूर्ण संबंधक अपूर्ण संबंधक दुबाजरे संबंधक जां मिश्रित संबंधक पूर्ण संबंधक जेड़े शब्द अपने आप विच पूर्ण होण ते उहनां नूं संबंध जोड़न वेले होर शब्दां दी जरूरत ना पवे ਉਹ ਪੂਰਨ ਸੰਬੰਧਕ ਅਖਵਾਉਂਦੇ ਹਨ ਜਿਵੇਂ ਮੇਰਾ ਭਰਾ ਮੁਹੱਲੇ ਦਾ ਪ੍ਰਧਾਨ ਹੈ ਉਸ ਦੇ ਚਾਚਾ ਜੀ ਨੇਤਾ ਹਨ ਮੈਂ ਉਸ ਤੋਂ ਕੁਝ ਲੈਣਾ ਚਾਹੁੰਦਾ ਹਾਂ ਰਮਿੰਦਰ ਦੀ ਭੈਣ ਕਵਿਤਰੀ ਹੈ ਇਹਨਾਂ ਵਾਕਾਂ ਵਿੱਚ ਰੰਗੀਨ ਸ਼ਬਦ ਪੂਰਨ ਸੰਬੰਧਕ ਹਨ ਅਪੂਰਨ ਸੰਬੰਧਕ ਜਿਹੜੇ ਸ਼ਬਦ ਆਪਣੇ ਆਪ ਵਿੱਚ ਪੂਰਨ ਨਾ ਹੋਣ ਤੇ ਪੂਰਨ ਸੰਬੰਧਕ ਨਾਲ ਮਿਲ ਕੇ ਵਾਕ ਵਿੱਚ ਸੰਬੰਧ ਜੋੜਨ ਦਾ ਕੰਮ ਕਰਨ ਉਹ ਅਪੂਰਨ ਸੰਬੰਧਕ ਅਖਵਾਉਂਦੇ ਹਨ ਜਿਵੇਂ ਮੇਰਾ ਸਕੂਲ ਨਹਿਰ ਦੇ ਨੇੜੇ ਹੈ ਸੋਹਨ ਦੀ ਸ਼ਕਲ ਮੋਹਨ ਵਰਗੀ ਹੈ ਉਸ ਦਾ ਸਕੂਟਰ ਘਰ ਦੇ ਬਾਹਰ ਖੜਾ ਹੈ ਹਰਜੀਤ ਦੀ ਗੇਂਦ ਸਾਡੇ ਘਰ ਦੇ ਕੋਠੇ ਉੱਤੇ ਹੈ ਇਹਨਾਂ ਵਾਕਾਂ ਵਿੱਚ ਰੰਗੀਨ ਸ਼ਬਦ ਅਪੂਰਨ ਸੰਬੰਧਕ ਹਨ ਦੁਬਾਜਰੇ ਜਾਂ ਮਿਸ਼ਰਿਤ ਸੰਬੰਧਕ ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਬਣ ਕੇ ਸੰਬੰਧ ਜੋੜਨ ਦਾ ਕੰਮ ਕਰਨ ਉਹ ਦੁਬਾਜਰੇ ਜਾਂ ਮਿਸ਼ਰਿਤ ਸੰਬੰਧਕ ਅਖਵਾਉਂਦੇ ਹਨ ਜਿਵੇਂ ਗੁਰੂ ਬਿਨਾ ਗਤ ਨਹੀਂ ਪੂਰਨ ਗੁਰੂ ਦੇ ਬਿਨਾ ਗਤ ਨਹੀਂ ਮਿਸ਼ਰਿਤ ਜਾਂ ਦੁਬਾਜਰੇ ਨੌਕਰ ਕੋਠੇ ਉੱਤੇ ਕੱਪੜੇ ਪਾ ਰਿਹਾ ਹੈ ਪੂਰਨ ਨੌਕਰ ਕੋਠੇ ਦੇ ਉੱਤੇ ਕੱਪੜੇ ਪਾ ਰਿਹਾ ਹੈ ਮਿਸ਼ਰਿਤ ਜਾਂ ਦੁਬਾਜਰੇ ਅਸੀਂ ਉਹਨਾਂ ਅਨੁਸਾਰ ਹੀ ਕੰਮ ਕਰਾਂਗੇ ਅਪੂਰਨ ਅਸੀਂ ਉਹਨਾਂ ਦੇ ਅਨੁਸਾਰ ਹੀ ਕੰਮ ਕਰਾਂਗੇ ਮਿਸ਼ਰਤ ਜਾਂ ਦੁਬਾਜਰੇ ਯਾਦ ਰੱਖੋ ਜੀ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਨਾਲ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ ਦਾ ਕੰਮ ਕਰਨ ਸੰਬੰਧਕ ਅਖਵਾਉਂਦੇ ਹਨ ਇਹ ਤਿੰਨ ਹਨ ਜਿਹੜੇ ਸ਼ਬਦ ਦੋ ਵਾਕਾਂ ਵਾਕੰਸ਼ਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਨ ਯੋਜਕ ਅਖਵਾਉਂਦੇ ਹਨ ਇਹ ਦੋ ਹਨ।